ਬਰਾਏ ਫਰੋਖਤ। ਮੈਂ ਤਾਂ ਹੈਰਾਨ ਹਾਂ, ਪ੍ਰਾਪਰਟੀਆਂ ਹੀ ਐਡੀਆਂ ਮਹਿੰਗੀਆਂ ਹੋ ਗਈਆਂ, ਲੈਣੀਆਂ ਕਿਹਨੇ ਆ? ਕਿਸੇ ਨੇ ਵੀ ਨਹੀਂ ਲੈਣੀਆਂ, ਇਹ ਕਿਸੇ ਨੇ ਵੀ ਨਹੀਂ ਭਾਜੀ ਹੁਣ ਲੈਣੀਆਂ। ਪਲਾਜ਼ਾ ਲੈ ਲੈ ਦੱਸੋ, ਕਿਤੇ ਇਸ ਜਗ੍ਹਾ ਨੂੰ ਪੁੱਛਦਾ ਕੋਈ ਨਹੀਂ ਹੁੰਦਾ ਸੀ ਜਿੱਥੇ ਪਲਾਜ਼ਾ ਬਣਿਆ ਆ। ਅਤੇ ਅੱਜ ਦੁਕਾਨ ਕਿੰਨੇ ਦੀ ਹੈ ਜੀ? ਹਾਏ ਹਾਏ ਹਾਏ, 92 ਲੱਖ ਦੀ ਦੁਕਾਨ, ਇੱਕ ਦਾ ਬਣਾ ਕੇ ਬੈਠਾ ਰਹਿ, ਕਿਸੇ ਨੇ ਵੀ ਨਹੀਂ ਲੈਣੀ ਤੂੰ 92 ਲੱਖ ਦੀ, ਇਕੱਲਾ ਹੀ ਬਣਾ ਕੇ ਬੈਠੀ ਜਾ। 46 ਆ ਕਿਹਦਾ ਆ ਗਿਆ ਫੋਨ? ਹੈਲੋ, ਹਾਂ ਅਸਲਮ, ਹਾਂ ਸ਼ਫੀ ਬੋਲ ਰਿਹਾ, ਹਾਂ ਠੀਕ ਠਾਕ ਹਾਂ। ਹਾਂ ਮੈਂ ਹੀ ਕਿਹਾ ਸੀ, ਪਤਾ ਕੀ ਗੱਲ ਆ, ਬੱਚੀਆਂ ਜਿਹੜੇ ਜਵਾਨ ਹੋ ਜਾਣ ਨਾ ਧੀਆਂ, ਅਤੇ ਅਸਲਮ ਫਿਰ ਘਰਾਂ ਦੇ ਵਿੱਚ ਨਾ ਨਹੀਂ ਚੰਗੀਆਂ ਲੱਗਦੀਆਂ। ਹਾਂ ਇਹ ਆਪਣੇ ਘਰਾਂ 'ਚ ਸੋਹਣੀਆਂ ਲੱਗਦੀਆਂ। ਮੈਂ ਤਾਂ ਗੱਲ ਕੀਤੀ ਸੀ ਵੀ ਮੁੰਡਾ ਹੋਵੇ ਮੂੰਹ ਮੱਥੇ ਲੱਗਦਾ, ਪੜ੍ਹਿਆ ਲਿਖਿਆ ਹੋਵੇ। ਅੱਛਾ ਪੜ੍ਹਿਆ ਲਿਖਿਆ, ਅੱਛਾ ਹਾਂ ਬੱਚੀ ਮਾਸ਼ਾਅੱਲਾ ਐਫ ਏ ਤਲੀਮ ਆ। ਹਾਂ ਬੱਚੀ ਕਹਿੰਦੀ ਸੀ, ਕਹਿੰਦੀ ਮੈਂ ਪਾਪਾ ਐਫ ਏ 'ਚ ਹੋ ਗਈ ਹਾਂ। ਅੱਛਾ ਚਲੋ ਕੋਈ ਨਹੀਂ, ਅੱਲਾ ਜੀ ਅੱਲਾ ਨਸੀਬ ਅੱਛੇ ਕਰਿਆ, ਧੀਆਂ ਨਹੀਂ ਇਹਨਾਂ ਵਾਸਤੇ ਦੁਆ ਹੀ ਕਰ ਸਕਦੇ ਹਾਂ। ਮੁੰਡੇ ਦਾ ਪਿਓ ਵੀ ਆਇਆ ਤੁਹਾਡੇ ਘਰ, ਕੀ ਕਰਨ ਆਇਆ? ਰਿਸ਼ਤਾ ਤਾਂ ਇੱਥੋਂ ਲੈਣਾ ਸੀ। ਅੱਛਾ ਮਿਲਣ ਵਾਸਤੇ ਆਇਆ ਸੀ, ਬਸ ਇਹ ਆ ਅਸਲਮ, ਮੁੰਡਾ ਮੂੰਹ ਮੱਥੇ ਲੱਗਦਾ ਹੋਣਾ ਚਾਹੀਦਾ, ਕੰਮ ਕਰਦਾ ਹੋਣਾ ਚਾਹੀਦਾ ਆ, ਠੀਕ ਆ ਕਿ ਨਹੀਂ? ਇਹ ਨਾ ਹੋਵੇ ਵੀ ਬੱਚੀ ਜਾਵੇ ਅਤੇ ਮੁੰਡਾ ਵਿਹਲਾ ਘਰ ਬਹਿ ਜਾਵੇ, ਕਿਉਂਕਿ ਗੁਜ਼ਾਰੇ ਨਹੀਂ ਹੁੰਦੇ ਹੈਗੇ ਭਾਅ ਜੀ। ਅਤੇ ਅੱਲਾ ਦੀ ਮਿਹਰਬਾਨੀ, ਮੈਂ ਆਪਣੀ ਬੱਚੀ ਦੀਆਂ ਹਰ ਤਰ੍ਹਾਂ ਦੀਆਂ ਖੁਆਇਸ਼ਾਂ ਪੂਰੀਆਂ ਕੀਤੀਆਂ। ਅੱਧੀ ਰਾਤ ਨੂੰ ਵੀ ਉਹਨਾਂ ਨੇ ਕਿਹਾ ਨਾ ਵੀ ਮੈਂ ਨਾ ਪਾਪਾ ਪੀਜ਼ਾ ਖਾਣਾ, ਅਤੇ ਮੈਂ ਪੀਜ਼ਾ ਲਿਆ ਕੇ ਦਿੱਤਾ। ਹਾਂ ਬਸ ਇੱਦਾਂ ਨਾ ਹੋਣ ਜਿਹੜੇ ਮੇਰੀ ਬੱਚੀ ਦਾ ਖਿਆਲ ਕਰਨ, ਮੁੰਡਾ ਸੋਹਣਾ ਹੋਣਾ ਚਾਹੀਦਾ ਆ, ਠੀਕ ਆ ਕਿ ਨਹੀਂ? ਆ ਜਾਓ ਤੁਸੀਂ, ਹਾਂ ਹਾਂ ਭੇਜ ਦਿਓ। ਪਤਾ ਕੀ, ਮੈਂ ਕਹਿੰਦਾ 2 ਦਿਨ ਠਹਿਰ ਜਾਂਦੇ, ਚਲੋ ਇਹ ਮੈਂ ਕੋਈ ਤਿਆਰੀ ਕਰ ਲੈਂਦਾ ਘਰ ਵਿੱਚ, ਕੋਈ ਸੌ ਖਾਣਾ ਪਾਣ, ਉਹਦਾ ਤਾਂ ਗੋਸ਼ਤ ਪਿਆ ਫਿਰ ਇਹ 'ਚ, ਛੋਟਾ ਪਿਆ ਆ, ਮੁਰਗਾ ਵੀ ਪਿਆ ਆ। ਚਲੋ ਭੇਜ ਦਿਓ ਫਿਰ, ਭੇਜ ਦਿਓ ਭੇਜ ਦਿਓ। ਲੈ ਵੀ ਧੀਆਂ ਜਿਹੜੀਆਂ ਆਪਣੇ ਘਰ 'ਚ ਚੰਗੀਆਂ, ਚੰਗਾ ਹੋ ਗਿਆ ਜੇ ਮੁੰਡਾ ਠੀਕ ਹੋਇਆ, ਮੂੰਹ ਮੱਥੇ ਲੱਗਦਾ ਹੋਇਆ, ਠੀਕ ਆ ਕਿ ਨਹੀਂ? ਅਤੇ ਕਰ ਦਿੰਦੇ ਹਾਂ, ਭਾਰ ਹੀ ਲੈਣਾ ਆ, ਬੱਚੀ ਦੀ ਸਲਾਹ ਲੈ ਲਵਾਂ ਮੈਂ। ਨੁਕਸਾਨਾ ਨੁਕਸਾਨਾ ਬੇਟੇ ਜੀ, ਅੱਬਾ ਜੀ, ਹਾਂ ਬੇਟਾ ਮੇਰੀ ਗੱਲ ਸੁਣ, ਆ ਕੇ ਸਾਰਾ ਜ਼ੋਰ ਭਾਂਡਿਆਂ ਤੇ ਲਾਈ ਜਾਂਦੀ ਆ। ਅੱਬਾ ਜੀ ਸਫਾਈ ਵੀ ਤਾਂ ਕਰਨੀ ਆ ਨਾ। ਸਫਾਈ ਪੁੱਤੇ ਇੰਨੀ ਕਰੀ ਸਫਾਈ ਕਰਨੀ ਆ ਵੀ ਸਾਨੂੰ ਇੱਥੇ ਦੇਖਣ ਆਉਣਾ ਆ ਘਰ ਸਾਡਾ। ਤੁਸੀਂ ਆਪੇ ਹੀ ਕਹਿੰਦੇ ਹੋ ਕਿ ਨਾ ਪੁੱਤੇ ਇੰਨਾ ਕੰਮ ਨਾ ਕਰਿਆ ਕਰ। ਅੱਛਾ ਅੱਬਾ ਜੀ ਇੰਨਾ ਨਾ ਕਰਿਆ ਕਰ, ਨਾ ਮੇਰੀ ਧੀ ਥੱਕ ਜਾਂਦੀ। ਮੈਂ ਨਾ ਪੁੱਤ ਜੀ ਅੱਬਾ ਜੀ ਤੇਰੇ ਨਾਲ ਗੱਲ ਕਰਨੀ ਸੀ ਜੀ। ਅੱਬਾ ਜੀ ਦੇਖ ਪੁੱਤ, ਇਹ ਧੀਆਂ ਜੰਮਦੀਆਂ ਜਿਹੜੀਆਂ ਨਾ, ਇਹ ਪਰਾਇਆ ਧਨ ਆ ਜੀ। ਮਾਂ ਤੇਰੀ ਮਰ ਗਈ, ਮੈਂ ਚਾਹੁੰਦਾ ਆ ਵੀ ਮੈਂ ਹੀ ਤੈਨੂੰ ਮਾਂ ਬਣ ਕੇ ਪਾਲਿਆ, ਮੈਂ ਹੀ ਤੈਨੂੰ ਪਿਓ ਬਣ ਕੇ ਪਾਲਿਆ ਜੀ। ਹੁਣ ਮੈਂ ਚਾਹੁੰਦਾ ਹਾਂ ਪੁੱਤ ਮੈਂ ਤੇਰਾ ਵਿਆਹ ਕਰ ਦੇਵਾਂ ਅਤੇ ਤੂੰ ਨਾ ਆਪਣੇ ਘਰ ਚਲੀ ਜਾਵਾਂ। ਅਤੇ ਮੇਰੀ ਹੋਈ ਸੀ ਅਸਲਮ ਨਾਲ ਗੱਲ। ਅੱਛਾ ਹਾਂ, ਅਸਲਮ ਜਿਹੜਾ ਰਿਸ਼ਤੇ ਰੁਸ਼ਤੇ ਕਰਾਉਂਦਾ ਆ ਜੀ, ਉਹਦਾ ਮੈਨੂੰ ਆਇਆ ਫੋਨ। ਕੀ ਕਹਿੰਦਾ ਅੱਬਾ ਜੀ? ਅਸਲਮ ਕਹਿੰਦਾ ਆ ਕਿ ਮੈਂ ਰਿਸ਼ਤਾ ਲੱਭਿਆ ਜੀ, ਮੁੰਡਾ ਜਿਹੜਾ ਆ ਮਾਸ਼ਾਅੱਲਾ ਪੜ੍ਹਿਆ ਲਿਖਿਆ ਆ ਜੀ ਅੱਬਾ ਜੀ, ਅਤੇ ਖਾਨਦਾਨੀ ਆ, ਪਿਓ ਵੀ ਉਹਦਾ ਚੰਗਾ ਆ ਜੀ। ਮੈਂ ਉਹਨੂੰ ਇੱਕ ਗੱਲ ਕਹਿਤੀ ਆ, ਮੈਂ ਕਿਹਾ ਅਸਲਮ ਗੱਲ ਸੁਣ ਲਾ, ਮੈਂ ਬੱਚੀ ਨੇ ਅੱਧੀ ਰਾਤ ਨੂੰ ਵੀ ਉੱਠ ਕੇ ਮੈਨੂੰ ਕੋਈ ਕੰਮ ਕਿਹਾ ਨਾ, ਅਤੇ ਮੈਂ ਨਾ ਨਾਂਹ ਨਹੀਂ ਕੀਤੀ ਜੀ।
ਮੈਂ ਆਪਣੀ ਬੱਚੀ ਦੀ ਖੁਆਇਸ਼ ਪੂਰੀ ਕੀਤੀ, ਪੀਜ਼ਾ ਮੰਗਿਆ, ਸ਼ੁਹਾਰਵਾ ਮੰਗਿਆ, ਤੇ ਮੈਂ ਕਿਹਾ ਮੈਂ ਮੇਰੀ ਬੱਚੀ ਨੂੰ ਤਕਲੀਫ ਨਾ ਹੋਵੇ, ਸਹੀ ਜੇ ਮੇਰੀ ਬੱਚੀ ਨੂੰ ਤਕਲੀਫ ਹੋਈ ਹੈ ਨਾ ਤੇ ਮੈਂ ਰਹਿਣ ਕੁਛ ਨਹੀਂ ਫਿਰ ਦੇਣਾ ਇਦਾਂ। ਉਹਨੇ ਕਿਹਾ ਨਹੀਂ ਮੁੰਡਾ ਸੋਹਣਾ ਆ, ਮੱਥ ਮੂੰਹ ਮੱਥੇ ਵੀ ਲੱਗਦਾ ਆ, ਪੜ੍ਹਿਆ ਲਿਖਿਆ ਵੀ ਆ, ਤੇ ਨਾ ਇਦਾਂ ਕਰਿਆ ਕਰ ਪੁੱਤ, ਜਾਣਾ ਆ ਇੱਕ ਨਾ ਇੱਕ ਦਿਨ ਘਰ, ਕਿੰਨੀ ਕੁ ਦੇਰ ਮੇਰੇ ਕੋਲ ਬੈਠੀ ਰਹੇਗੀ ਤੂੰ? ਅੱਬਾ ਜੀ ਤੁਹਾਨੂੰ ਛੱਡ ਕੇ ਕਿਵੇਂ ਜਾਵਾਂ? ਲੈ ਮੈਨੂੰ ਛੱਡ ਕੇ ਦੇ ਪੁੱਤ, ਮੈਂ 6 ਮਹੀਨੇ ਦਾ ਵੀ ਮੈਨੂੰ ਕੁੱਤੇ ਨੇ ਚੁੱਕ ਕੇ ਲੈ ਜਾਣਾ ਇੱਥੋਂ, ਤੁਹਾਡੇ ਬਗੈਰ ਕਿਵੇਂ ਰਵਾਂਗੀ ਮੈਂ ਅੱਬਾ ਜੀ? ਪੁੱਤ ਕੋਈ ਗੱਲ ਨਹੀਂ, ਤੂੰ ਇਹ ਸਮਝੀ ਅੱਬਾ ਨਾਲ ਦੇ ਕਮਰੇ 'ਚ, ਹੁਣ ਜਾਣਾ ਤਾਂ ਹੈ ਹੀ ਆ। ਜਿਵੇਂ ਤੁਹਾਡੀ ਮਰਜ਼ੀ। ਹਾਂ ਤੇ ਮੈਂ ਅਸਲਮ ਨੂੰ ਕਿਹਾ, ਉਹ ਕਹਿੰਦਾ ਮੇਰੇ ਵੱਲ ਆਏ ਆ ਘਰ ਜੀ ਅੱਬਾ ਪਿਓ ਪੁੱਤ ਦੋਨੀ, ਤੇ ਕਹਿੰਦਾ ਸੀ ਜਾਂਦੇ ਹੋਏ ਨਾ ਚਲੋ ਇਹ ਆ ਵੀ ਤੁਸੀਂ ਉਹਨਾਂ ਨੂੰ ਮਿਲ ਲਓ ਤੇ ਦੇਖ ਲਓ ਵੀ ਬੰਦੇ ਕਿੱਦਾਂ ਦੇ ਆ ਜੀ, ਬਾਕੀ ਮੈਂ ਉਹਨਾਂ ਨੂੰ ਦੱਸਤਾ ਸਾਰਾ ਕੁਛ। ਮੈਂ ਕਿਹਾ ਭਾਈ ਮੈਨੂੰ ਪਸੰਦ ਆਏਗਾ ਤੇ ਫਿਰ ਮੈਂ ਵਿਆਹ ਕਰਨਾ। ਅੱਛਾ ਠੀਕ ਹੈ, ਤੇ ਉਹ ਨਾ ਤੀਰਾਂ ਨੇ ਆ ਰਹੇ ਦੇਖਣ ਵਾਸਤੇ ਜੀ ਅੱਬਾ ਜੀ, ਥੋੜਾ ਜਿਹਾ ਗੋਸ਼ਤ ਬਣਾ ਲਾ ਨਾਲ ਕੋਈ ਮਿੱਠੀ ਦੀ ਚੀਜ਼ ਬਣਾ ਲਾ। ਗੋਸ਼ਤ ਬਣਾਵਾਂ? ਰੋਟੀ ਖਾ ਕੇ ਜਾਣਗੇ ਅੱਬਾ ਜੀ? ਪੁੱਤ ਰੋਟੀ ਖਾ ਕੇ ਜਾਣੀ, ਹੋਰ ਸਾਡੇ ਕੋਲ ਮਾਰ ਖਾ ਕੇ ਜਾਣੀ ਹੈ। ਅੱਛਾ ਹਾਂ, ਵੀ ਰੋਟੀ ਖਾਣੀ ਹੁੰਦੀ ਪੁੱਤ, ਹੋਰ ਕੀ ਖਾਣਾ ਹੁੰਦਾ? ਰਹਿਣਾ ਉਹਨਾਂ ਨੇ ਅੱਬਾ ਜੀ ਇੱਥੇ? ਨਹੀਂ ਰਹਿਣਾ, ਮੁਸਾਫਰ ਖਾਣਾ ਆ ਉਹ। ਅੱਛਾ ਅੱਬਾ ਜੀ, ਬੱਚੇ ਇਹ ਆ ਵੀ ਪੁੱਤ ਗੱਲਬਾਤ ਕਰਾਂਗੇ ਤੇ ਉਹ ਚਲੇ ਜਾਣਗੇ ਆਪਣੇ ਘਰ। ਠੀਕ ਹੈ ਅੱਬਾ ਜੀ। ਹਾਂ ਰਹਿਣਾ ਕਿਉਂ? ਮੈਂ ਕਰਨਾ ਆ ਤੇਰਾ ਵਿਆਹ ਜੀ, ਤੇ ਪੁੱਤ ਮੈਂ ਇਹ ਚਾਹੁੰਦਾ ਆ ਵੀ ਤੇਰੇ ਦਿਲ ਦੇ ਵਿੱਚ ਕੋਈ ਗੱਲ ਆ ਤੇ ਦੇਖ, ਦਿਲ 'ਚ ਨਹੀਂ ਰੱਖਣੀ ਪੁੱਤ, ਖੁੱਲ੍ਹ ਕੇ ਦੱਸ ਦੇ ਵੀ ਆਹ ਗੱਲ ਆ। ਅੱਬਾ ਜੀ ਮੇਰੀ ਗੱਲ ਸੁਣੋ, ਮੇਰੀਆਂ ਵੀ ਕੁਝ ਸ਼ਰਤਾਂ ਨੇ। ਤੇਰੀਆਂ ਕਿਹੜੀਆਂ ਸ਼ਰਤਾਂ ਆ ਪੁੱਤ, ਖੁੱਲ੍ਹ ਕੇ ਦੱਸ ਤੂੰ। ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਮਾਂ ਬਣ ਕੇ ਪਾਲਿਆ, ਕੋਈ ਸ਼ੱਕ? ਪਿਓ ਬਣ ਕੇ ਪਾਲਿਆ, ਇਹ 'ਚ ਕੋਈ ਸ਼ੱਕ? ਠੀਕ ਹੈ, ਤੇ ਮੇਰੀਆਂ ਸਹੇਲੀਆਂ ਦੇ ਹਾਲਾਤ ਮੇਰੇ ਸਾਹਮਣੇ ਨੇ, ਅਧਰੋਂ ਵਿਆਹ ਹੁੰਦਾ ਅੱਬਾ ਜੀ, ਤੀਸਰੇ ਦਿਨ ਜਾ ਕੇ ਉਹਨਾਂ ਦੇ ਬੁਰੇ ਹਾਲ ਹੋ ਜਾਂਦੇ। ਹਾਂ ਹਾਂ, ਗੱਲ ਤੀ ਇਹ ਸਹੀ ਕਰਦੀ ਆ, ਮਾਪੇ ਨਹੀਂ ਵੇਖਦੇ ਜੀ, ਮਾਪੇ ਨਹੀਂ ਵੇਖਦੇ ਤੇ ਹਾਂ ਕਰ ਦਿੰਦੇ ਨੇ ਰਿਸ਼ਤੇ। ਹਾਂਜੀ, ਪਹਿਲਾਂ ਇਹ ਆ ਪੁੰਨ ਛਾਟ ਕਰਨੀ ਚਾਹੀਦੀ ਹੈ ਵੀ ਮੁੰਡਾ ਵਾਕਈ ਕੰਮ ਤੋਂ ਜਾਂਦਾ ਆ, ਕਿੰਨੇ ਪੈਸੇ ਲੈਂਦਾ ਆ। ਮੈਂ ਬੱਚਾ ਨਹੀਂ ਪੁੱਤ ਜੀ, ਮੈਂ ਧੀਏ ਜਿੱਥੇ ਤੇਰਾ ਵਿਆਹ ਕਰਨਾ ਮੈਂ ਚੰਗੀ ਤਰ੍ਹਾਂ ਚੈੱਕ ਕਰਨਾ, ਮੈਂ ਉਸ ਘਰ 'ਚ 3 ਮਹੀਨੇ ਆਪ ਰਹਿਣਾ ਹੈ, ਫਿਰ ਮੈਂ ਤੈਨੂੰ ਭੇਜਣਾ ਹੈ। ਨਹੀਂ ਪੁੱਤ ਪਤਾ ਲੱਗ ਜਾਂਦਾ ਹੁੰਦਾ। ਅੱਬਾ ਜੀ ਕੋਈ ਸਹੇਲੀ ਰੋਂਦੀ ਹੈ ਮੇਰਾ ਬੰਦਾ ਨਸ਼ਈ ਹੈ, ਕੋਈ ਕਹਿੰਦੀ ਹੈ ਮੈਨੂੰ ਰੋਟੀ ਨਹੀਂ ਲੱਭਦੀ, ਤੇ ਤੁਸੀਂ ਸਾਰੀਆਂ ਚੀਜ਼ਾਂ ਵੇਖ ਕੇ ਤੇ ਫਿਰ ਮੇਰਾ ਵਿਆਹ ਪੱਕਾ ਕਰਿਆ ਜੀ? ਹਾਂ ਮੈਂ ਉਹਨਾਂ ਨੂੰ 6 ਮਹੀਨੇ ਦੇ ਪਿੱਛੇ ਲਾਈ ਰੱਖਣਾ, ਮੁੰਡਾ ਪੈਸੇ ਖਾਈ ਜਾਣੇ ਆ, ਜਦੋਂ ਮੈਂ ਪੈਸੇ ਮੰਗਾਈ ਜਾਣੇ ਆ ਨਾ, ਮੈਨੂੰ ਪਤਾ ਪੁੱਤ ਪੈਸੇ ਮੰਗਾਵਾਂਗਾ ਤਾਂ ਪਤਾ ਲੱਗੇਗਾ ਇੱਕ ਪੈਸੇ ਆ। ਅੱਛਾ, ਮੈਂ ਇਹ ਕਹਿ ਦੂੰਗਾ ਨਾ ਕਿ ਰੁਖਸਾਨਾ ਨੂੰ ਚਾਹੀਦੇ, ਮੈਨੂੰ ਚਾਹੀਦੇ ਨੇ। ਅੱਬਾ ਜੀ ਕਿੱਡੇ ਸਿਆਣੇ ਹੋ ਤੁਸੀਂ। ਬਸ ਮੈਂ ਕਹਿੰਦਾ ਹੁਣ ਹੁਣ ਪੁੱਤ ਤੇਰੇ ਜਾਣ ਤੋਂ ਪਹਿਲਾਂ ਪਹਿਲਾਂ ਨਾ ਹਾਂਜੀ ਕਰ ਲਵਾਂ ਪਤਾ ਵੀ ਇਹ ਕੀ ਖਾਂਦੇ ਪੀਂਦੇ ਕਰਦੇ। ਹਾਂ ਠੀਕ ਹੈ ਕਿ ਨਹੀਂ? ਮੇਰੀ ਗੱਲ ਸੁਣੋ ਅੱਬਾ ਜੀ, ਮੁੰਡਾ ਨਸ਼ਈ ਨਾ ਹੋਵੇ, ਸਾਰੀ ਜ਼ਿੰਦਗੀ ਨਹੀਂ ਤੇ ਮੇਰੀ ਤਬਾਹ ਹੋ ਜਾਣੀ। ਨਹੀਂ ਨਹੀਂ ਤੇਰੀ ਤਬਾਹ ਨਹੀਂ ਹੋਣ ਦਿੰਦਾ ਮੈਂ ਪੁੱਤ। ਠੀਕ ਹੈ, ਤੇ ਦੂਜੀ ਗੱਲ ਅੱਬਾ ਜੀ, ਕਮ ਅਜ਼ ਕਮ 1.5 ਕਰੋੜ ਦਾ ਘਰ ਮੈਨੂੰ ਲੈ ਕੇ ਦੇਵੇ। ਤੇ ਜੇ ਪੁੱਤ ਘਰ ਨਾ ਦੇਵੇ ਤਾਂ ਫਿਰ ਰੱਖੀ ਛੱਡਾ ਤੈਨੂੰ ਸਾਰੀ ਜ਼ਿੰਦਗੀ ਘਰ? ਅੱਬਾ ਜੀ ਇਹ ਸ਼ਰਤ ਵਿਆਹਣਾ ਤਾਂ ਹੈ ਕਰੇ ਤੈਨੂੰ, ਵੀ ਕਰੋੜ ਦਾ ਵੀ ਹੋ ਜਾਵੇ, 70 ਦਾ ਵੀ ਹੋ ਜਾਵੇ। ਹਾਂ ਠੀਕ ਹੈ। ਹਾਂ ਤੇ ਦੂਜੀ ਗੱਲ ਅੱਬਾ ਜੀ, ਗੱਡੀ ਘੱਟੋ ਘੱਟ ਕੋਈ 70-80 ਲੱਖ ਦੀ ਹੋਵੇ ਮੇਰੇ ਥੱਲੇ। 70-80 ਲੱਖ? 70-80 ਲੱਖ ਦੀ ਗੱਡੀ। ਮੈਂ ਪਤਾ ਕਰ ਲੈਣਾ ਜਦੋਂ ਆਉਣਗੇ ਨਾ, ਮੈਂ ਉਹਨਾਂ ਨੂੰ ਕਵਾਂਗਾ ਗੱਡੀ ਵੀ ਚਾਹੀਦੀ ਹੈ। ਤੇ ਮੇਰੀ ਗੱਲ ਸੁਣੋ, ਸ਼ਹਿਜ਼ਾਦੀਆਂ ਤਰ੍ਹਾਂ ਤੁਸੀਂ ਮੈਨੂੰ ਪਾਲਿਆ ਤੇ ਖਰਚਾ ਵੀ ਮੈਂ ਲੈਣਾ ਹੈ। ਖਰਚਾ ਘੱਟੋ ਘੱਟ 1 ਲੱਖ ਰੁਪਈਆ। 1 ਲੱਖ ਰੁਪਈਆ ਨਹੀਂ ਲੈਣਾ ਹੈਗਾ। ਹਾਏ ਕਮਲੀ ਹੋਈ ਆ, ਕਿੰਨਾ? 3 ਲੱਖ ਮਹੀਨੇ ਦਾ। 1.5 ਲੱਖ ਤੂੰ ਲੱਗਣਾ, 1.5 ਮੈਨੂੰ ਦੇ ਦੇਣਾ। ਆਹੋ ਤੇ ਮੈਂ ਪੁੱਤਰ ਵੀ ਆ ਤੁਹਾਡਾ ਤੇ ਧੀ ਵੀ ਆ ਤੇ ਫਿਰ। ਹਾਂ ਤੂੰ ਹੀ ਦੇਣਾ ਆ, ਤੂੰ ਚਲ ਗਈ ਤੇ ਪੁੱਤ ਪੈਸੇ ਕਿੱਥੋਂ ਆਉਣੇ? ਅੱਬਾ ਜੀ ਮੈਂ ਹੈ ਆਵਾਂ ਨਾ? ਹਾਂ ਹਾਂ ਤੇ ਉਹ ਆਉਂਦੇ ਆ ਨਾ ਜੀ, ਮੈਂ ਬਹਿ ਕੇ ਨਾ ਉਹਨਾਂ ਨਾਲ ਸਾਰੀ ਗੱਲਬਾਤ ਕਰ ਲੈ ਜੀ। ਅੱਬਾ ਜੀ ਠੀਕ ਹੋ ਗਿਆ, ਤੇ ਤੂੰ ਮੇਰੀ ਧੀ ਆ ਨਾ, ਇਦਾਂ ਕਰ ਫ੍ਰਿਜ ਗੋਸ਼ਤ ਪਿਆ ਨਾ ਜਿਹੜਾ। ਹਾਂਜੀ ਛੋਟਾ ਛੋਟਾ। ਅੱਬਾ ਜੀ ਤੇ ਹੱਡੀਆਂ ਸਾਰੀਆਂ, ਹੱਡੀਆਂ ਜਿਹੜੀਆਂ ਨਾ ਉਹ ਪਕਾ ਕੇ ਵਿੱਚ 2-3 ਬੋਟੀਆਂ ਪਾ ਦੇ। ਅੱਛਾ ਤੇ ਜਿਹੜਾ ਕੋਈ ਬਚਦਾ ਨਾ 3 ਪਾ, ਹਾਂ ਹਾਂ ਉਹ ਮੇਰੇ ਲਈ ਰੱਖ। ਮੇਰੀ ਗੱਲ ਸੁਣੋ, ਬੰਦੇ ਕਿੰਨੇ ਆ ਰਹੇ ਨੇ? ਬੰਦੇ 2 ਆ ਰਹੇ ਆ, ਤੇ ਕਿਸ 4-5 ਹੱਡੀਆਂ 3 ਬੋਟੀਆਂ ਪਾ ਲਈ। ਜੇ ਬੰਦੇ ਜ਼ਿਆਦਾ ਹੋ ਗਏ ਅੱਬਾ ਜੀ? ਫਿਰ ਉਹ ਜੋ ਮਿਰਚਾਂ ਜ਼ਿਆਦਾ ਪਾ ਦਿੱਤੀ ਤਾਂ ਬੁਰਕੀ ਲਾਉਣ ਦੁਬਾਰਾ। ਤੇ ਮੇਰੀ ਗੱਲ ਸੁਣੋ, ਜਿਹੜਾ ਚਿਕਨ ਪਿਆ ਇੰਨਾ ਸਾਰਾ ਮੁਰਗੇ ਦਾ, ਉਹਨਾ 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 ਹੱਥ ਲਾਣ, ਉਹਨੂੰ ਨਾ ਹੱਥ ਲਾਵਾਂ ਕਿਉਂ? ਹਾਂ ਵੀ ਜਦੋਂ ਮੇਰੀ ਗੱਲ ਹੀ ਨਹੀਂ ਬਣਨੀ, ਅਗਲੇ ਚੱਲ ਜਾਣਗੇ, ਸਾਨੂੰ ਕੀ ਫਾਇਦਾ ਹੋਣਾ? ਸਾਨੂੰ ਕੀ ਫਾਇਦਾ ਹੋਣਾ? ਜਦੋਂ ਗੱਲ ਪੱਕੀ ਹੋ ਜਾਏਗੀ ਨਾ, ਹਾਂਜੀ, ਫਿਰ ਮੈਂ ਉਹਨਾਂ ਨੂੰ ਹਾਂ ਕਰਾਂਗਾ, ਫਿਰ ਉਹਨਾਂ ਨੂੰ ਗੋਸ਼ਤ ਹੋਰ ਕਵਾਂਗੇ ਵੀ ਤੁਸੀਂ ਕੱਲ ਆ ਜਾਓ, ਤੁਹਾਨੂੰ ਤੁਹਾਡੀ ਦਾਵਤ ਹੈ। ਠੀਕ ਹੈ ਬਾਜੀ, ਪਤਾ ਤਾਂ ਹੋਏਗਾ ਵੀ ਇਹਨਾਂ ਦੀ ਦਾਵਤ ਕਰੀਏ, ਜੇ ਸਾਡਾ ਗੋਸ਼ਤ 2 ਕਿਲੋ ਲੱਗੇਗਾ 8 ਕਿਲੋ ਦੇ ਪੈਸੇ ਵੀ ਤਾਂ ਦੇ ਕੇ ਜਾਣਗੇ। ਇਹ ਗੱਲ ਹੈ ਬਾਜੀ, ਕਿੰਨੇ ਸਿਆਣੇ ਹੋ ਗਏ ਤੁਸੀਂ, ਤੇ ਮੈਂ ਫਿਰ ਜਾਵਾਂ ਹੁਣ ਪਕਾਵਾਂ ਆਂਦੀ ਹੋਈ ਹਾਂ। ਤਿਆਰੀ ਕਰ ਆਉਣ ਦੇ। ਅੱਛਾ ਬਾਜੀ ਮੈਂ ਗਈ ਬਸ। ਹਾਂ ਕਰ ਲੈ ਮੇਰੀ ਧੀ ਤਿਆਰੀ। ਹਾਂ ਗੋਸ਼ਤ ਆ।
ਚਲ ਦੋ ਚਾਰ ਬੋਟੀਆਂ ਹੋਰ ਪਾ ਲਈ ਪੁੱਤ, ਬਾਕੀ ਬਚਾ ਲਈ ਮੇਰੇ ਲਈ। ਹਾਂ ਜਲਦੀ ਕਰ, ਇਹ ਨਾ ਹੋਵੇ ਪੁੱਤ ਆ ਜਾਣ। ਆ ਬੈਲ ਖੜਕੀ ਆ, ਲੱਗਦਾ ਕੋ ਆ ਗਿਆ ਆ। ਰੁਖਸਾਨਾ ਜੀ, ਅੱਬਾ ਜੀ, ਆ ਦੇਖ ਬੇਟਾ ਬਾਹਰ ਮਹਿਮਾਨ ਆ ਗਏ ਲੱਗਦਾ। ਜੀ ਅੱਬਾ ਜੀ, ਦੇਖ ਲਈ। ਅੱਜ ਘਰ ਦੇ ਵਿੱਚ ਕੋਈ ਬੱਚਾ ਆਉਂਦਾ ਤਾਂ ਚਲੋ। ਚਲ ਕੋਈ ਨਹੀਂ ਪੁੱਤ, ਤੂੰ ਦੇਖ ਲਾ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ, ਵਾਲੇਕੁਮ ਸਲਾਮ। ਬਿਸਮਿਲ੍ਲਾ ਜੀ, ਬਿਸਮਿਲ੍ਲਾ। ਸੇਠ ਸ਼ੌਕਤ। ਹਾਂਜੀ ਹਾਂਜੀ ਹਾਂਜੀ, ਆਹ ਤਾਰਫ ਕਰਵਾਇਆ ਸੀ ਹੁਣ ਅਸਲਮ ਨੇ। ਉਹਨਾਂ ਨੇ ਕਿਹਾ ਕਿ ਸੇਠ ਸ਼ੌਕਤ ਆ ਰਿਹਾ, ਅਤੇ ਜਿੱਦਾਂ ਦਾ ਤਾਰਫ ਕਰਵਾਇਆ ਮਾਸ਼ਾਅੱਲਾ, ਤੁਸੀਂ ਉਹਦੇ ਨਾਲ ਵੀ ਚੰਗੇ ਲੱਗੇ, ਅੱਛੇ ਲੱਗੇ। ਅਸਲ ਜੀ ਸ਼ਫੀ ਸਾਹਿਬ, ਗੱਲ ਪਤਾ ਕੀ, ਤੁਹਾਨੂੰ ਪਤਾ ਕਿ ਮੇਰਾ ਇੱਕ ਹੀ ਪੁੱਤਰ। ਨਹੀਂ ਮੈਂ ਕਿਹੜੇ ਰੱਖ ਲੈਣਾ ਭਾਅ ਜੀ, ਤੋਂ ਤੁਹਾਡੇ ਕੋਲ ਜਾਣਾ। ਭਾਅ ਤੁਸੀਂ ਪੂਰੀ ਮੇਰੀ ਗੱਲ ਸੁਣੋ। ਅੱਛਾ। ਕਿਉਂਕਿ ਮੈਂ ਚਾਹ ਰਿਹਾ, ਮੈਂ ਆਪਣੇ ਜੀਂਦੇ ਜਾਣੇ ਉਹਦਾ ਮੈਂ ਵਿਆਹ ਕਰ ਦਵਾਂ, ਕਿਉਂਕਿ ਮੇਰੀ ਸਾਰੀ ਜਾਇਦਾਦ ਦਾ ਇਕੱਲਾ ਹੀ ਵਾਰਸ। ਹਾਂਜੀ ਹਾਂਜੀ, ਹੁਣ ਤਾਂ ਨਾਲ ਬੱਚੀ ਵੀ ਹੋ ਜਾਏਗੀ ਨਾ, ਉਹਦੇ ਨਾਲ ਸਾਥ ਵੀ ਹੋ ਜਾਣਾ ਹੁਣ, ਅਤੇ ਉਹ ਅੱਧੀ ਜਾਇਦਾਦ ਦੀ ਤਾਂ ਬੱਚੀ ਵੀ ਮਾਲਕ ਹੋ ਜਾਏਗੀ। ਅਤੇ 5 ਤਰੀਕ ਨੂੰ ਜਾ ਰਿਹਾ ਵਾਪਸ ਅਮੈਰੀਕਾ। ਤੂੰ ਵਾਪਸ ਕਿਉਂ ਚੱਲਿਆ ਭਾਅ ਜੀ? ਉਹਦਾ ਉੱਥੇ ਬਿਜ਼ਨਸ ਹੈ। ਅੱਛਾ, ਉੱਥੇ ਬਿਜ਼ਨਸ? ਬੱਚੇ ਦਾ ਬਿਜ਼ਨਸ ਹੈ ਮੇਰੇ ਦਾ, ਟਰਾਂਸਪੋਰਟਰ ਹੈ ਉੱਥੇ। ਅੱਛਾ 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 ਜੀ, ਤੁਹਾਡੀ ਕੰਪਨੀ ਹੈ ਬਹੁਤ ਬੜੀ। ਉਹਦੀ ਪੋਲੋ ਫਰੀਟੋ ਦੇ ਨਾਮ ਤੋਂ ਚਲਾ ਰਿਹਾ। ਪੋਲੋ ਫਰੀਟੋ? ਪੋਲੋ ਫਰੀਟੋ ਇਹ ਕੀ ਹੁੰਦਾ ਭਾਅ ਜੀ? ਇਹ ਟਰਾਂਸਪੋਰਟ ਕੰਪਨੀ। ਅੱਛਾ ਅੱਛਾ, ਪੋਲੋ ਫਰੀਟੋ ਪੂਰੇ ਅਮਰੀਕਾ 'ਚ ਉਹਨੂੰ ਲੋਕ ਜਾਣਦੇ ਨੇ। ਜਾਣਨਾ ਹੀ ਆ ਭਾਅ ਜੀ, ਇੱਦਾਂ ਦਾ ਨਾਂ ਸੁਣਿਆ ਨਹੀਂ ਪੂਰੇ ਅਮਰੀਕਾ 'ਚ। ਆ ਜਿਹੜੀ ਪੋਲੋ ਫਰੀਟੋ ਤੁਹਾਡੀ ਬਣੀ ਕੰਪਨੀ, ਇਹ 400 ਟਰੱਕ ਮੇਰੇ ਪੁੱਤਰ ਦਾ ਚੱਲਦਾ ਪਿਆ ਆਪਣਾ, ਸਾਡੇ ਮੁੰਡੇ ਦਾ। ਹਾਂਜੀ 400। ਹਾਂਜੀ, ਬੈਂਕ ਬੈਲੈਂਸ ਮਾਸ਼ਾਅੱਲਾ ਮਾਸ਼ਾਅੱਲਾ, ਤੁਹਾਡੇ ਮੁੰਡੇ ਦਾ ਚੱਲਦਾ? ਹਾਂਜੀ, ਬੱਚੇ ਆਪਣੇ। ਅੱਛਾ ਅੱਛਾ, ਮੇਰੇ ਖਿਆਲ ਬੇਟੇ ਨੇ ਇਹ ਤਾਂ ਨਹੀਂ ਕਿਹਾ ਸੀ ਵੀ ਜਦੋਂ ਰਿਸ਼ਤਾ ਦੇਖਣ ਜਾਵੇ ਚੱਦਰ ਚੰਗੀ ਲੈ ਕੇ ਜਾਏ? ਇੱਦਾਂ ਤੁਸੀਂ ਭਾਅ ਜੀ ਇੱਦਾਂ ਦੇ ਲਈ ਤਿੱਤਰ ਛੱਡਣ ਆਏ ਹੁੰਦੇ ਆ? ਇਹ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ। ਨਹੀਂ ਬਜ਼ੁਰਗਾਂ ਦੀ ਨਿਸ਼ਾਨੀ ਘਰ ਰੱਖੋ ਤੁਸੀਂ ਭਾਅ ਜੀ, ਨਾਲ ਲਈ ਫਿਰਨ ਰਹੇ ਆ। ਇਹ ਤਾਂ ਚੱਦਰ ਵੈਸੇ ਮਾਰਕੀਟ 'ਚ ਖੂਬ ਬੰਦ ਹੋਈ ਆ, ਮੁੰਡੇ ਦਾ 400 ਟਰੱਕ ਆ, ਹੈ ਅਤੇ ਤੁਸੀਂ ਇੰਨੇ ਜਿਵੇਂ 3 ਬੱਕਰੀਆਂ ਦੇ ਮਾਲਕ ਲੱਗਣ ਡੇ। ਅਤੇ ਸ਼ਫੀ ਸਾਹਿਬ ਤੁਸੀਂ ਕੀ ਕਹੀ ਜਾ ਰਹੇ? ਨਹੀਂ ਮੈਂ ਤੁਸੀਂ ਭਾਅ ਜੀ ਗੱਲ ਹੀ ਇੱਦਾਂ ਵੀ ਮੁੰਡੇ ਦੇ 400 ਟਰੱਕ ਆ, ਹੈ ਅਤੇ ਤੁਸੀਂ ਨਾਲ ਜਰਾਬਾਂ ਵੀ ਨਹੀਂ ਪਾ ਕੇ ਆਏ? ਅਸਲ 'ਚ ਮੈਨੂੰ ਸ਼ਫੀ ਸਾਹਿਬ ਸ਼ੁਰੂ ਤੋਂ ਜਰਾਬ ਦੀ ਆਦਤ ਨਹੀਂ। ਹਾਂ, ਜਾਂ ਇੰਜੋ ਨਹੀਂ ਆ, ਜਰਾਬ ਜਿਹੜੀ ਹੈ ਨਾ ਕਈਆਂ ਨੂੰ ਲੱਗਦੀ ਵੀ ਹੁੰਦੀ ਆ। ਹਾਂਜੀ, ਉਹ ਜਰਾਬ ਸੌਕਸ ਸੌਕਸ। ਹਾਂਜੀ, ਅਤੇ ਬਾਕੀ ਇਹ ਕਿ ਬੇਟਾ ਮੇਰਾ ਮਾਸ਼ਾਅੱਲਾ ਖੂਬਸੂਰਤ, 400 ਟਰੱਕ ਉਹਦਾ, 400 ਟਰੱਕ, 6 ਫੁੱਟ ਜਵਾਨ ਮੇਰਾ ਪੁੱਤਰ। ਤੁਸੀਂ ਟਰੱਕ ਘੱਟ ਕਰਕੇ ਨਾ ਜੁੱਤੀ ਚੰਗੀ ਪਾ ਲਓ, ਜੁੱਤੀ ਤੁਸੀਂ ਇੰਜ ਪਾਈ ਹੈ ਜਿਵੇਂ ਪਿਛਲੇ ਮੰਗਲ ਦੇ ਰਾਹ ਹੀ ਪਏ ਆ। ਅਸਲ ਸ਼ਫੀ ਸਾਹਿਬ, ਅਸੀਂ ਸਾਦਾ ਜ਼ਿੰਦਗੀ ਗੁਜ਼ਾਰੀ, ਸਾਡੇ ਬਜ਼ੁਰਗ ਇਹਦੀ ਵੀ ਸਾਦਾ ਕੀ ਹੋਈ ਵੀ ਲਾਚਾ ਲੈ ਕੇ ਆ ਗਏ ਤੁਸੀਂ? ਜਿਹੜਾ ਸੇਠ ਆ ਵੀ ਜਿਹੜਾ ਲਾਚਾ ਹੀ ਲੈ ਆ, ਚੱਦਰ ਲੈ ਕੇ ਆਉਂਦਾ ਬੰਦਾ ਸੋਹਣੀ, ਮੁੰਡੇ ਦਾ 400 ਟਰੱਕ ਆ, 1 ਟਰੱਕ ਘੱਟ ਕਰਵਾ ਲਾ। ਅਸਲ 'ਚ ਮੈਂ ਮਜ਼ੀਦ ਬਿਜ਼ਨਸ ਵਧਾਉਣਾ ਚਾਹ ਰਿਹਾ ਸ਼ਫੀ ਸਾਹਿਬ। ਅੱਛਾ ਅੱਛਾ ਅੱਛਾ, ਕਿਉਂਕਿ ਮੈਂ ਉਸ ਇਲਾਕੇ 'ਤੇ ਪੂਰੇ 'ਤੇ ਕਾਬਜ਼ ਹੋਣਾ ਚਾਹ ਰਿਹਾ। ਅੱਛਾ, ਜਿੱਥੇ 400 ਟਰੱਕ ਖੜਾ ਆ। ਤੁਸੀਂ ਸਹੀ ਪਹੁੰਚ ਗਏ, ਸਹੀ ਹੈ। ਅਤੇ ਬੱਚਾ ਮੇਰਾ ਮਾਸ਼ਾਅੱਲਾ MBA ਫਰਾਂਸ ਕੀਤਾ ਉਹਨੇ, ਸਟੱਡੀ ਬਹੁਤ ਅੱਛੀ ਕੀਤੀ ਉਹਨੇ। ਕੀਤਾ ਮੁੰਡੇ ਨੇ MBA ਫਰਾਂਸ? ਇਹ ਤਾਂ ਭਾਅ ਜੀ ਪੜ੍ਹਾਈ ਚੱਲੀ ਹੀ ਨਹੀਂ ਜਿਹੜੀ ਤੁਸੀਂ ਕਹੀ ਜਾਂਦੇ। ਮੈਨੂੰ ਲੱਗਦਾ ਤੁਹਾਨੂੰ ਸ਼ੁਗਲ ਦੀ ਬਹੁਤ ਆਦਤ ਹੈ। ਨਹੀਂ, ਤੁਸੀਂ ਸ਼ੁਗਲ ਦੀ ਕਾਹਦੀ MBA ਫਰਾਂਸ ਕੀਤਾ ਹੈ, ਇਹ ਕਿਹੜੀ ਪੜ੍ਹਾਈ ਹੋਈ? ਮਾਸਟਰ ਬਿਜ਼ਨਸ ਆਫ ਐਡਮਿਨਿਸਟ੍ਰੇਸ਼ਨ। ਮਾਸ਼ਾਅੱਲਾ, ਕੀ ਕੀਤਾ? ਮਾਸਟਰ ਬਿਜ਼ਨਸ ਆਫ ਐਡਮਿਨਿਸਟ੍ਰੇਸ਼ਨ। ਬੱਚੀ ਨੇ ਵੀ MA ਕੀਤਾ ਹੈ, ਟਵਾਈਲੇਸ਼ਨ ਆਈ ਬੀ ਟੋ ਲਾਟ ਆਈ ਕਮ ਸੂ ਬੇਟ ਵੋ। ਇਹਦਾ ਕੀ ਮਤਲਬ? ਅੱਜ ਤਾਂ ਤੂੰ ਕਹਿ ਕੇ ਇਹਦਾ ਕੀ ਮਤਲਬ ਆ? ਤੁਸੀਂ ਸ਼ਫੀ ਸਾਹਿਬ, ਤੁਸੀਂ ਸਾਨੂੰ ਈਜ਼ੀ ਲੈ ਰਹੇ। ਨਹੀਂ ਤਾਂ ਮੈਂ ਸਹੀ ਕਹਿ ਰਿਹਾ ਨਾ, ਅਸੀਂ ਵੱਡੇ ਲੋਕ ਹਾਂ, ਅਸੀਂ ਬੱਚਿਆਂ ਨੂੰ ਕਿਤੇ ਐਵੇਂ ਨਹੀਂ ਪੜ੍ਹਾਇਆ। ਚੰਗੇ ਵੱਡੇ ਲੋਕ ਆ, ਤੁਸੀਂ ਲਾਚਾ ਲੈ ਕੇ ਹੀ ਆ ਗਏ। ਤੁਸੀਂ ਰਿਸ਼ਤਾ ਲੈਣ ਆਏ ਜਾਂ ਤੁੱਕੇ ਲੈਣ ਆਏ ਆ? ਵੀ ਤੁਸੀਂ 100 ਪਾਥੀ ਲੈਣ ਆਏ, ਲਾਚਾ ਚੁੱਕ ਲਿਆਏ ਤੁਸੀਂ? ਬਾਕੀ ਜਿਹੜੀ ਕੰਮ ਦੀ ਗੱਲ ਆ ਪਾਓ। ਨਹੀਂ, ਬਾਕੀ ਤਾਂ ਬਾਅਦ 'ਚ ਕਰ, ਲਾਚਾ ਕੋਲ ਲੈ ਕੇ ਆਏ ਤੁਸੀਂ? ਦਾਦਾ ਪਤਾ ਨਹੀਂ ਤੁਹਾਡਾ ਹਮਾਮ 'ਤੇ ਨਹਾਉਣ ਡਿਆ, ਤੁਸੀਂ ਉਹਦੇ ਲਾਚੇ ਚੁੱਕ ਕੇ ਇੱਧਰ ਆ ਗਏ। ਕਿਸ ਤਰ੍ਹਾਂ ਦੀ ਗੱਲ ਕਰੀ ਜਾਂਦੇ? ਕਿਸ ਤਰ੍ਹਾਂ ਦੀ ਗੱਲ ਕੀ ਹੈ? ਸੇਠ ਇੱਦਾਂ ਦੇ ਹੁੰਦੇ ਆ, ਹੱਦ ਹੋ ਗਈ ਆ ਵੀ। ਹੋਰ ਸੇਠ ਕਿੱਦਾਂ ਦੇ ਹੁੰਦੇ? ਸ਼ਫੀ ਸਾਹਿਬ, ਅੱਜ ਕੱਲ੍ਹ ਮਾਰਕੀਟ 'ਚ ਇੱਦਾਂ ਦੇ ਚੌਧਰੀ ਆ ਰਹੇ ਨੇ। ਔਰ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਹਾਂ, ਇਹ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਹੈ। ਇਹਨੂੰ ਅਸੀਂ ਇਸ ਲਈ ਨਾਲ ਰੱਖੀਦਾ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਬਜ਼ੁਰਗ ਸਾਡੇ ਨਾਲ ਹੀ ਜਾ ਰਹੇ ਨੇ। ਔਰ ਬਜ਼ੁਰਗ ਲਾਚਾ ਲਿਆ ਇਹ ਸਮਝਣਾ ਬਜ਼ੁਰਗ? ਹਾਂਜੀ। ਅੱਛਾ ਅੱਛਾ ਅੱਛਾ। ਔਰ ਬਜ਼ੁਰਗਾਂ ਨੇ ਕਿਹਾ ਸੀ ਕੋਈ ਮਸਲਾ ਪੇਸ਼ ਆਵੇ ਤਾਂ ਬਸ ਤੁਸੀਂ ਘੂਰੀ ਪਾਉਣੀ ਆ,
ਤੁਹਾਡੇ ਸਾਰੇ ਮਾਮਲਾ ਹੱਲ ਹੋ ਜਾਣ। ਅੱਛਾ 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 ਨਹੀਂ 400 ਟਰਾਕਾਂ ਤਾਂ ਭਾਅ ਜੀ ਤੁਸੀਂ ਜਰਾਬਾਂ ਪਾਈਆਂ ਹੀ ਨਹੀਂ। ਸ਼ਫੀ ਸਾਹਿਬ ਅੱਲਾ ਦਾ ਦਿੱਤਾ ਸਭ ਕੁਛ, ਲੇਕਿਨ ਅਸੀਂ ਹਮੇਸ਼ਾ ਸਾਦਾ ਜ਼ਿੰਦਗੀ ਗੁਜ਼ਾਰੀ। ਅੱਛਾ, ਸਾਡੇ ਬਜ਼ੁਰਗਾਂ ਨੇ ਕਿਹਾ ਕਿ ਪੈਸੇ ਦੀ ਨੁਮਾਇਸ਼ ਨਹੀਂ ਕਰਨੀ, ਔਰ ਅਸੀਂ ਆਪ ਬਣ ਠਣ ਕੇ ਨਹੀਂ ਨਿਕਲਦੇ ਕਿਉਂਕਿ ਹਾਲਾਤ ਠੀਕ ਨਹੀਂ ਹੈ। ਤੁਹਾਨੂੰ ਪਤਾ ਜੇਬ 'ਚ 2000 ਰੁਪਈਆ ਹੋਵੇ ਪਿੱਛੇ ਬੰਦੂਕ ਲੈ ਕੇ ਲੋਕ ਲੱਗ ਜਾਂਦੇ। ਅੱਛਾ ਅੱਛਾ ਅੱਛਾ, ਗੱਲ ਤੁਹਾਡੀ ਸਹੀ ਹੈ, ਸਾਦਾ ਜ਼ਿੰਦਗੀ। ਮੈਂ ਕਹਿੰਦਾ ਮੈਂ ਇੱਧਰ ਨੂੰ ਲੰਘਿਆ ਜਦੋਂ ਮੈਂ ਵੇਖਿਆ ਰੌਲਾ ਪਿਆ ਸੀ, ਆਹ ਹੁਣ ਵੀ 11 ਘੰਟਾ ਹੋ ਗਿਆ। ਹਾਂਜੀ ਹਾਂਜੀ, ਮੈਂ ਮੁੰਡੇ ਨੂੰ ਪੁੱਛਿਆ ਕਾਹਦਾ ਰੌਲਾ ਪਾਇਆ, ਕਹਿੰਦਾ ਸਾਡੇ ਕੋਲ ਮੋਬਾਈਲ ਖੋ ਕੇ ਲੈ ਗਿਆ। ਹਾਂਜੀ ਦੇਖਿਆ, ਇਹ ਤੁਸੀਂ ਰਿਪੋਰਟਾਂ ਸੁਣ ਰਹੇ ਹੋ, ਇਸ ਕਰਕੇ ਮੋਬਾਈਲ ਵੀ ਨਾਰਮਲ ਰੱਖਿਆ। ਅਤੇ ਤੁਸੀਂ ਭਾਅ ਜੀ 400 ਟਰੱਕ ਸਾਈਕਲ 'ਤੇ ਆਏ ਆ, ਕਾਰ ਵਾਲੇ ਕੋਲ ਤਾਂ ਨਹੀਂ ਨਾ ਮੋਬਾਈਲ ਖੋਲ੍ਹਣ ਅਗਲਿਆਂ ਕੋਲ, ਉਹਨਾਂ ਕੋਲ ਤਾਂ ਗੱਡੀ ਐਡੀ ਵੱਡੀ ਹੁੰਦੀ ਹੈ, ਭਾਵਾਂ ਗੱਡੀ ਸਮੇਰ ਉੱਤੇ ਚੜਾ ਦੇਣ। ਮੈਂ ਗੱਡੀ 'ਤੇ ਆਇਆ ਸ਼ਫੀ, ਗੱਡੀ ਕਿੱਥੇ ਆ? ਬਾਹਰ ਮੇਰਾ ਬੇਟਾ ਬੈਠਾ ਉਹਦੇ ਵਿੱਚ ਏਸੀ ਲਾ ਕੇ। ਜੋ ਬਾਹਰ ਕੋ ਬੈਠਾ ਉਹਨੂੰ ਅੰਦਰ ਬੁਲਾਓ ਭਾਅ ਜੀ। ਅਸਲ 'ਚ ਸ਼ਫੀ ਸਾਹਿਬ ਅਸੀਂ ਤੁਹਾਡੀ ਇਜਾਜ਼ਤ ਤੋਂ ਬਗੈਰ ਉਹਨੂੰ ਅੰਦਰ ਨਹੀਂ ਸੀ ਬੁਲਾ ਸਕਦੇ, ਇਹ ਤੁਸੀਂ ਕਹੋਗੇ ਤਾਂ ਬੱਚਾ ਸਾਡਾ ਅੰਦਰ ਆਏਗਾ। ਤੇ ਬੁਲਾਓ ਨਾ ਉਹਨਾਂ, ਬੁਲਾ ਲੈਂਦੇ, ਚਲੋ ਅਸੀਂ ਵੀ ਝਾਤੀ ਮਾਰ ਲੈਂਦੇ ਹਾਂ, ਬਾਕੀ ਜਿਹੜੀ ਮੈਂ ਗੱਲ ਕਰਨੀ ਬਹਿ ਕਰ ਲਾਂਗੇ ਆਪਾਂ। ਹਾਂ ਮੈਂ ਕਹਿੰਦਾ ਵੀ ਗੱਲ ਮੁਕਾ ਲਈ ਆਪਾਂ ਪਹਿਲੇ। ਹਾਂ ਬੁਲਾ ਲਓ, ਤੁਸੀਂ ਬੁਲਾ ਲਓ। ਪਹਿਲੇ ਤੁਸੀਂ ਇਸ ਤਰ੍ਹਾਂ ਕਰੋ ਕਿ ਜ਼ਰਾ ਧੀ ਰਾਣੀ ਨੂੰ ਬੁਲਾਓ, ਮੈਂ ਜ਼ਰਾ ਉਹਦੇ ਨਾਲ ਵੀ ਕੋਈ ਦੋ ਗੱਲਾਂ ਕਰ ਲਵਾਂ। ਅੱਛਾ 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 ਅੱਛਾ, ਹਾਂ ਬੁਲਾਓ ਜ਼ਰਾ, ਮੈਂ ਬੁਲਾ ਲੈਂਦਾ। ਨੁਕਸਾਨਾ ਬੇਟੇ ਜੀ, ਅੱਬਾ ਜੀ। ਆ ਬੇਟਾ ਅੰਦਰ ਆ ਜ਼ਰਾ। ਜੀ ਅੱਬਾ ਜੀ ਆਈ। ਮਾਸ਼ਾਅੱਲਾ, ਆ ਮੇਰੀ ਧੀ ਰਾਣੀ ਆ ਜੀ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਵਾਲੇਕੁਮ ਸਲਾਮ। ਪਿਆਰ ਲੈ ਪੁੱਤ, ਪਿਆਰ ਲੈ। ਮਾਸ਼ਾਅੱਲਾ ਮਾਸ਼ਾਅੱਲਾ, ਇਹ ਤੁਸੀਂ ਮਾੜਾ ਜੀ ਨਾਲ ਨੂੰ ਹੋ ਜਾਓ। ਕਿਉਂ ਭਾਅ ਜੀ ਤੁਸੀਂ ਸੜੇ ਹੋ? ਕੀ ਮਤਲਬ ਤੁਹਾਡਾ? ਮੈਂ ਕਿਹਾ ਵੀ ਛਾਲਾ ਪੈ ਜਾਂਦਾ ਨਾ ਤਾਰੇ, ਮੈਂ ਕਹਿ ਰਿਹਾ ਸੀ ਤੁਹਾਡੀ ਸ਼ੁਗਲ ਵਾਲੀ ਆ ਰਹੀ ਹੈ। ਇਹ ਮੇਰੀ ਬੇਟੀ ਹੈ ਜੀ। ਸ਼ਫੀ ਸਾਹਿਬ, ਮੇਰਾ ਦਿਲ ਖੁਸ਼ ਹੋਇਆ ਧੀ ਰਾਣੀ ਵੱਲ ਦੇਖ ਕੇ, ਔਰ ਮੇਰੇ ਪੁੱਤਰ ਦੇ ਨਾਲ ਜਾਂਦੀ ਸੋਹਣੀ ਵੀ ਲੱਗੇਗੀ। ਹਾਂ ਬਾ ਜੀ, ਅੱਲਾ ਇਹਦੇ ਨਸੀਬ ਅੱਛੇ ਕਰੇ। ਜਦੋਂ ਅਮਰੀਕਾ ਦੀਆਂ ਸੜਕਾਂ 'ਤੇ ਦੋਨੇ ਫਿਰਨਗੇ ਬਹੁਤ ਅੱਛਾ ਲੱਗੇਗਾ, ਇੰਜੋਏ ਕਰਨਾ ਬੇਟਾ ਆਪਣੀ ਲਾਈਫ ਤੁਸੀਂ। ਮੈਂ ਕੈਨੇਡਾ 'ਚ ਤੁਹਾਡਾ ਹੋਟਲ ਬੁੱਕ ਕਰਵਾ ਰਿਹਾ, ਔਰ ਮੈਂ 2 ਟਿਕਟ ਵੀ ਤੁਹਾਨੂੰ ਮੰਗਵਾ ਦੋ ਕੇ ਭੇਜਣੀਆਂ। ਅਵੇ ਪਹਿਲੇ ਦਰਾਂਗਾ ਕਰਤਾ ਕੀ ਹੈ ਸ਼ਫੀ ਸਾਹਿਬ? 3 ਭੇਜਣੀਆਂ, ਮੈਂ ਵੀ ਨਾਲ ਜਾਣਾ। ਤੁਸੀਂ ਵੀ ਨਾਲ ਜਾਣਾ? ਆਹੋ। ਅਰੇ ਕਿਹੜਾ ਕੰਮ ਕਰ ਰਹੇ ਸ਼ਫੀ ਸਾਹਿਬ, ਤੁਸੀਂ ਕੀ ਕਰਨ ਜਾਣਾ ਨਾਲ? ਲੈ ਸਾਡੇ ਖਾਨਦਾਨ ਦੀ ਇਹ ਰੀਤ ਆ, ਅਸੀਂ ਜਿੱਥੇ ਬੱਚੀ ਵੀ ਆਉਂਦੇ ਹਾਂ ਨਾ, 1.5-2 ਸਾਲ ਆਪ ਵੀ ਨਾਲ ਰਹਿੰਦੇ ਉੱਥੇ। ਸ਼ਫੀ ਸਾਹਿਬ, 1-2 ਦਿਨ ਵਾਸਤੇ ਤਾਂ ਮੰਨਿਆ, ਸਾਲ 2 ਸਾਲ ਵਾਸਤੇ? ਨਹੀਂ, ਅਸੀਂ 2 ਸਾਲ ਰਹਿੰਦੇ ਹਾਂ। ਨਹੀਂ ਤਾਂ ਤੁਸੀਂ ਘਰ ਰਹੋ, ਤੁਹਾਨੂੰ ਵਿਆਹ ਤੋਂ ਬਾਅਦ ਚੱਕਰ ਆਉਣ ਲੱਗ ਪੈਂਦੇ। ਚੱਕਰ ਕਿਉਂ ਆਉਣੇ ਆ ਭਾਅ ਜੀ, ਇਕੱਲਾ ਬੰਦਾ ਵੀ ਚੱਕਰ ਵੀ ਆਉਣ ਲੱਗ ਪੈਂਦੇ, ਨਾਲ ਖੋਵੇ ਗੱਲਾਂ ਬਾਤਾਂ ਵੀ ਕਰਦਾ ਰਹਿੰਦਾ, ਮੈਂ ਇਕੱਲੇ ਨੇ ਭਾਅ ਜੀ ਇੱਥੇ ਕੀ ਕਰਨਾ? ਨਹੀਂ ਕੈਨੇਡਾ 'ਚ ਬਰਫ਼ਬਾਰੀ ਹੋ ਰਹੀ, ਬੱਚੇ ਇੰਜੋਏ ਕਰਨਗੇ, ਤੁਹਾਡੇ ਸਿਰ 'ਤੇ ਬਰਫ਼ ਪੈ ਗਈ ਤਾਂ ਗੋਲਾ ਟ੍ਰੈਪ ਬਣ ਜਾਏਗਾ। ਹਾਂ ਤਾਂ ਮੈਂ ਇਕੱਲਾ ਨਹੀਂ ਨਾ ਬੱਚੀ ਨੂੰ ਬਰਫ਼ਬਾਰੀ ਛੱਡਣਾ, ਬੱਚੀ ਨੂੰ ਠੰਡ ਲੱਗ ਗਈ ਉੱਥੇ, ਫਿਰ ਨਹੀਂ ਤੁਸੀਂ ਉੱਥੇ ਕਿਹੜਾ ਲੰਡਾ ਲਾਇਆ ਜੀ ਬੱਚੀ ਨੂੰ ਠੰਡ ਲੱਗ ਗਈ? ਨਹੀਂ ਮੈਂ ਉੱਥੇ ਅੱਗ ਤਾਂ ਬਾਲ ਕੇ ਦੇਵਾਂਗਾ ਨਾ, ਵੀ ਯਾਰ ਧੀ ਹੱਥ ਸੇਕ ਲਾ। ਤੁਸੀਂ ਪਲੀਜ਼ ਤੁਸੀਂ ਇੱਥੇ ਸਟੇ ਕਰੋ, ਕਿਉਂਕਿ ਤੁਹਾਡੇ ਸਿਰ 'ਤੇ ਬਰਫ਼ ਜੰਮੀ ਬਹੁਤ ਬੁਰੀ ਲੱਗੇਗੀ। ਲੈ ਤੁਹਾਡੇ ਮੂੰਹ 'ਚ ਕਿਸੇ ਨੇ ਤੀਲਾ ਦਿੱਤਾ, ਐਡਾ ਗੋਲਾ ਮਾਰਕੀਟ 'ਚ ਹੈ, ਕੀ ਕਰਦੇ ਪਏ ਬੱਚੇ? ਬੇਟਾ ਤੁਸੀਂ ਇੰਜੋਏ ਕਰੋ, ਔਰ ਤੁਹਾਨੂੰ ਮੈਂ ਏਟੀਐਮ ਕਾਰਡ ਵੀ ਦਿਆਂਗਾ ਆਪਣਾ। ਅੱਬਾ ਜੀ ਮੈਂ ਤੁਹਾਡੇ ਬਗੈਰ ਨਹੀਂ ਜਾਣਾ। ਇਹ ਅੱਬਾ ਜੀ ਤੇਰੇ ਪਾਸਪੋਰਟ ਜਾਣਾ ਨਹੀਂ, ਇਹ ਤੋਂ ਬਗੈਰ ਤੁਸੀਂ ਇਕੱਲੇ ਜਾਓਗੇ। ਇਕੱਲੇ ਤੋਂ ਜਾਓਗੇ? ਤੁਸੀਂ ਵੀ ਜਾਓਗੇ ਨਾਲ? ਹਾਂ ਮੈਂ ਨਾਲ ਜਾਵਾਂਗਾ, ਔਰ ਮੈਂ ਉੱਥੇ 1.5 ਸਾਲ ਰਹਾਂਗਾ। ਤੁਹਾਨੂੰ ਕੈਦ ਹੋ ਗਈ ਉੱਥੇ? ਕੈਦ ਕਿਉਂ ਹੋ ਗਈ ਹੈ ਯਾਰ? 1.5 ਸਾਲ ਕਿਉਂ? ਨਹੀਂ ਸਾਡੇ ਖਾਨਦਾਨ ਦੇ ਵਿੱਚ ਜਿੱਥੇ ਬੱਚੀ ਵੀ ਆਈਏ 2-2.5 ਸਾਲ ਆਪ ਰਹੀਦਾ ਉੱਥੇ। ਇਹ ਤੁਹਾਡਾ ਕਿਹੜਾ ਖਾਨਦਾਨ ਹੈ 2.5 ਸਾਲ ਹੀ ਰਹਿਣ ਡਿਆ ਉੱਥੇ? ਇਹ ਖਾਨਦਾਨ ਜਿਹੜਾ ਤੂੰ ਨਹੀਂ ਜਾਣਦਾ। ਇਹਦਾ ਮਤਲਬ ਕੋਈ ਵੀ ਨਹੀਂ ਜਾਣਦਾ? ਹਾਂ ਮੇਰੀ ਬੱਚੀ ਇਕੱਲੀ ਆ, ਤੁਸੀਂ ਮੇਰੀ ਬੱਚੀ ਲੈ ਜਾਓ ਉੱਥੇ, ਮਾਰੋ ਕੁੱਟੋ ਜਾ ਕੇ, ਅਤੇ ਮੈਨੂੰ ਤਾਂ ਦੱਸਣ ਵਾਲਾ ਕੋਈ ਨਹੀਂ ਹੋਣਾ ਭਾਈ। ਸ਼ਫੀ ਸਾਹਿਬ ਕਿਹੋ ਜਿਹੀ ਗੱਲ ਕਰਦੇ ਪਏ? ਨਹੀਂ ਭਾਈ ਤੂੰ ਹੁਣ ਤਾਂ ਟਿਕਟਾਂ 2 ਲੈਣ ਡਿਆ, ਮੇਰੀ ਟਿਕਟ ਲਈ। ਨਹੀਂ ਇਹ ਸਾਡੇ ਘਰ ਦੀ ਇੱਜ਼ਤ ਹੈ, ਇਹ ਹੁਣ ਸਾਡੀ ਧੀ ਅੱਜ ਤੋਂ ਬਾਅਦ। ਅਤੇ ਪੁੱਤਰ ਤੈਨੂੰ ਮੈਂ 1.5 ਲੱਖ ਰੁਪਏ ਮਹੀਨੇ ਦਾ ਖਰਚਾ ਦੇਣਾ। ਅਤੇ ਮੇਰਾ ਖਰਚਾ ਕਿਹਨੇ ਦੇਣਾ? ਤੂੰ ਸਕੂਲੇ ਜਾਂਦਾ, ਮੈਂ ਤੇਰਾ ਖਰਚਾ। ਅਤੇ ਮੇਰਾ ਖਰਚਾ ਨਹੀਂ ਦੇਣਾ? ਪੱਠੇ ਖਾਨਾ ਤੂੰ, ਤੇਰਾ ਖਰਚਾ। ਮੈਂ ਆਪਣੀ ਨੌਂਹ ਧੀ ਨੂੰ ਦਿਆਂਗਾ। ਨਹੀਂ ਮੇਰਾ ਖਰਚਾ ਵੀ ਦੇ, ਜੇ ਉਹਨੂੰ 1.5 ਦੇਣਾ, ਲੱਖ ਮੈਨੂੰ ਵੀ ਦੇ। ਉਹ ਲੱਖ ਦੀ ਤੈਨੂੰ ਕੀ ਲੋੜ ਪੈ ਗਈ? ਲੈ ਲੋੜ ਪੈ ਗਈ ਕੀ ਗੱਲ ਆ, ਲੈ ਲੈਂਦਾ ਮੈਂ। ਸ਼ਫੀ ਸਾਹਿਬ ਕਿਸ ਤਰ੍ਹਾਂ ਦੀਆਂ ਗੱਲਾਂ? ਨਹੀਂ ਆ ਸਾਡੇ ਖਾਨਦਾਨ 'ਚ ਨਹੀਂ ਹੈ, ਅਸੀਂ ਤਾਂ ਬੱਚੀ ਵੀ ਆਈਏ, ਕਿਸੇ ਨੇ 1.5 ਲੱਖ ਦੇਣਾ ਨਾ, ਤੇ ਉਹ ਦੋ ਦੇਣਾ ਫਿਰਦਾ, ਇੱਕ ਪਿਓ ਨਾਲ ਇੱਕ ਧੀ ਨਾਲ। ਸਾਡੇ ਖਾਨਦਾਨ 'ਚ ਇਹ ਹੀ ਚੱਲਦਾ। ਬੜਾ ਗੰਦਾ ਖਾਨਦਾਨ ਹੈ। ਅੱਛਾ ਇਹ ਗੰਦਾ ਖਾਨਦਾਨ? ਨਹੀਂ ਨਹੀਂ, ਮੈਂ ਕਿਹਾ ਵੈਰੀ ਗੁੱਡ ਹੈ। ਹਾਂ ਮਾਸ਼ਾਅੱਲਾ, ਸਤੀਰਾਣ ਵੀ ਵੈਰੀ ਗੁੱਡ ਹੈ। ਅਤੇ ਬਾਕੀ ਬੇਟਾ ਤੈਨੂੰ ਮੈਂ ਲਗਜ਼ਰੀ ਗੱਡੀ ਲੈ ਕੇ ਦੇਵਾਂਗਾ, V8। ਹੈ ਵੱਡੀ ਗੱਡੀ V8? ਹਾਂ। ਤੇ ਮੈਨੂੰ ਤੈਨੂੰ ਉਹ ਗੱਡੀ ਲੈ ਕੇ ਦੇਣੀ ਜਿਸ 'ਚ ਬਹਿ ਕੇ ਦੁੱਖ ਰਿਹਾ। ਯਾ ਅੱਲਾ ਯਾ ਅੱਲਾ, 200-300 ਵੀ ਤੈਨੂੰ ਇਕੱਠਾ ਹੋ ਜਾਵੇ ਜੀ ਇਸ ਗੱਡੀ 'ਚ। ਕੀ ਮਤਲਬ? ਮੇਰਾ ਮਤਲਬ ਕਿ ਉਹਦਾ ਪੈਟਰੋਲ ਦਾ ਖਰਚਾ ਘੱਟ। ਨਹੀਂ ਮੈਂ V8 ਮਿਲਦੇ ਜੇ,
ਤੁਹਾਨੂੰ ਮੈਂ ਬਿਲੀਅਰਡ ਲੈ ਕੇ ਦਿੰਦਾ ਹੈ। ਕੀ ਮਤਲਬ? ਮੇਰਾ ਮਤਲਬ ਉੱਥੇ ਖੇਲੀ ਜਾਇਓ ਕਿਤੇ ਆਪੇ ਇਕੱਲੇ ਇਕੱਲੇ ਕਵੀਨ ਬਾਬਾ ਖੁਸ਼ ਹੋਈ ਜਾਏ। ਕੋਈ ਕਰਨ ਵਾਲੀ ਗੱਲ ਕਰੋ, ਧੀ ਰਾਣੀ ਆ ਸਾਡੀ ਗੱਡੀ 'ਚ ਬੈਠੀ, ਅੱਛੀ ਵੀ ਲੱਗੇਗੀ। ਤੁਸੀਂ ਇੰਜ ਲੱਗੋਗੇ ਤਾਂ ਗੈਰ ਮੁਲਕੀ ਕੈਦੀ ਫੜ ਕੇ ਲੈ ਚੱਲੇ। ਕੀ ਮਤਲਬ? ਉਹ ਮਤਲਬ ਇਹ ਕਿ ਤੁਸੀਂ ਵੀ ਅੱਛੇ ਲੱਗੋਗੇ। ਅੱਬਾ ਜੀ ਜ਼ੇਵਰ ਦਾ ਵੀ ਪੁੱਛ ਲਓ। ਹਾਂ ਸ਼ੇਰ ਸ਼ੌਕ ਦਾ, ਆ ਜ਼ੇਵਰ ਦੀ ਤਾਂ ਗੱਲ ਹੀ ਨਹੀਂ ਤੂੰ ਕੀਤੀ। ਮੈਂ ਆਪਣੀ ਧੀ ਰਾਣੀ ਨੂੰ 10 ਤੋਲੇ ਸੋਨਾ ਪਾਵਾਂ ਤੇ ਮੈਨੂੰ ਤੈਨੂੰ ਬਾਬਾ ਸੀਰ ਵਾਲਾ ਛੱਲਾ। ਮੇਰਾ ਮਤਲਬ ਤੂੰ ਨਾਲ ਆ, ਤੈਨੂੰ ਵੀ ਕੁਛ ਪਾਵਾਂਗੇ। ਅੱਛਾ ਅੱਛਾ। ਹਾਂ ਵੈਸੇ ਮੇਰਾ ਦਿਲ ਕਰਦਾ ਤੈਨੂੰ ਫਰਨੈਲ ਦੀਆਂ ਗੋਲੀਆਂ ਪਾ ਦੇ। ਮੈਂ ਕਿਹੜੀਆਂ ਦਰੀਆਂ ਟੁੱਕ ਦਿੱਤੀਆਂ ਵੀ ਜਿਹੜੀਆਂ ਫਰਨੈਲ ਦੀਆਂ ਪਾਉਣੀਆਂ? ਇਹ ਤੁਸੀਂ ਹੁਣ ਹੀ ਇਹ ਗੱਲ ਕਰਨ ਡਏ ਆ, ਅੱਗੋਂ ਕੀ ਕਰੋਗੇ ਤੁਸੀਂ? ਸ਼ਫੀ ਸਾਹਿਬ ਤੁਹਾਨੂੰ ਸਭ ਕੁਛ ਮਿਲੇਗਾ, ਕਿਉਂ ਟੈਨਸ਼ਨ ਲੈ ਰਹੇ ਹੋ? ਧੀ ਰਾਣੀ ਤੁਹਾਡੇ ਨਾਲ ਤੇ ਬਾਕੀ ਇਹ ਕਿ ਮੇਰਾ ਦਿਲ ਖੁਸ਼ ਹੋਇਆ ਤੁਹਾਡੇ ਦੇਖ ਕੇ। ਹਾਂ ਲੇਕਿਨ ਇਹ ਆ ਮੇਰੀ ਵੀ ਹੁਣ ਖੁਆਇਸ਼ ਆ, ਜੇ ਤੁਸੀਂ ਸਾਡੀ ਬੱਚੀ ਨੂੰ ਸੁਖੀ ਰੱਖੋਗੇ ਤੇ ਅੱਲਾ ਦੀ ਮਿਹਰਬਾਨੀ ਨਾਲ ਤੁਸੀਂ ਬੱਚੀ ਜਿਹੜੀ ਹੈ ਤੁਹਾਡੀ ਖਿਦਮਤ ਵੀ ਕਰੇਗੀ। ਬੇਫਿਕਰ ਹੋ ਜਾਓ ਸ਼ਫੀ, ਘਰ ਵੀ ਤੁਹਾਡਾ ਸੰਭਾਲ ਲਏਗੀ। ਨਾ ਸੰਭਾਲੇ ਮੈਂ ਨਾਲ ਹੀ ਹੋਣਾ, ਤੁਹਾਨੂੰ ਸਮਝਾਈ ਜਾਊਂਗਾ ਬੱਚੀ ਨਾ ਆਏ ਜਿੰਨਾ ਘਰ। ਨਹੀਂ ਜੀ ਤੁਸੀਂ ਫਿਕਰ ਨਾ ਕਰ, ਇਹ ਫੋਨ ਕਿਹੜਾ ਭਾਜੀ? ਲਓ ਜੀ ਇਹ ਪੁੱਤਰ ਤੁਹਾਡੇ ਦਾ ਫੋਨ ਆ ਗਿਆ। ਅੱਛਾ ਅੱਛਾ, ਤੂੰ ਜਿਹੜਾ ਬਾਹਰ ਕੱਢੀ ਦੇ ਤੂੰ ਉਹਨਾਂ ਨੂੰ ਅੰਦਰ ਬੁਲਾ ਹੁਣ। ਬੁਲਾ ਲਵਾਂ? ਆਹੋ ਅਸੀਂ ਵੀ ਵੇਖ ਲਈਏ। ਹਾਂ ਵੇਖੋ। ਹਾਂ ਹੈਲੋ ਜੀ ਸਨੀ ਬੇਟਾ। ਬੇਟਾ ਕੋਈ ਮਸਲਾ ਨਹੀਂ, ਤੇਰਾ ਆਪਣਾ ਘਰ ਹੈ, ਆ ਜਾ ਆ ਜਾ ਆ ਜਾ ਲੰਘ ਜਾ ਆਪਣਾ ਘਰ। ਇੱਕ ਨਾ ਇੱਕ ਦਿਨ ਤਾਂ ਆਉਣਾ ਕਿ ਨਹੀਂ ਇਸ ਘਰ 'ਚ? ਆ ਜਾ ਆ ਜਾ ਆ ਜਾ ਆ ਰਿਹਾ ਬੇਟਾ ਆ ਰਿਹਾ। ਸਾਡੇ ਵਜੇ ਨਾ ਪਤਾ ਕੀ ਹੈ, ਮੇਰੀ ਬੱਚੀ ਹੈ ਮੈਂ ਤਾਲੀਮ ਦਿੱਤੀ ਹੈ ਕਿ ਧੀਏ ਜਦੋਂ ਅਗਲੇ ਘਰ ਜਾਣਾ ਨਾ ਇਹ ਮਾਪੇ ਭੁੱਲ ਜਾਣੇ, ਅਗਲੇ ਯਾਦ ਰੱਖੇ। ਹਾਂ ਨਹੀਂ ਨਹੀਂ ਅੱਛੀ ਗੱਲ ਠੀਕ ਹੈ ਕਿ ਨਹੀਂ? ਅਤੇ ਧੀਆਂ ਜਿਹੜੀਆਂ ਨਾ ਉਹ ਸਾਨੂੰ ਪਤਾ ਆ, ਸਾਨੂੰ ਪੁੱਤਾਂ ਨਾਲੋਂ ਪਿਆਰੀਆਂ ਆ ਧੀਆਂ। ਅੱਛੇ ਮਾਪਿਆਂ ਦੀ ਇਹ ਨਿਸ਼ਾਨੀ ਹੈ। ਹਾਂ ਤੇ ਮੈਂ ਤਾਂ ਕਹਿੰਦਾ ਅੱਲਾ ਪਾਕ ਹਰ ਹਰ ਕਿਸੇ ਦੀਆਂ ਧੀਆਂ ਭੈਣ ਦੇ ਨਸੀਬ ਅੱਛੇ ਕਰੇ, ਤੇ ਧੀਆਂ ਜਿਹੜੀਆਂ ਘਰ ਦੇ ਵਿੱਚ ਚੰਗੀਆਂ ਲੱਗਦੀਆਂ। ਬਿਲਕੁਲ ਸਹੀ, ਬਿਲਕੁਲ ਸਹੀ ਕਹਿ ਰਹੇ। ਤੇ ਇਸ ਕਰਕੇ ਅਸੀਂ ਪਹਿਲਾਂ ਧੀਆਂ ਨੂੰ ਸਮਝਾਇਆ ਹੁੰਦਾ ਹੈ ਵੀ ਬੇਟਾ ਜਦੋਂ ਇਸ ਘਰ 'ਚ ਜਾਣਾ ਨਾ ਤੇ ਜਾਣ ਤੋਂ ਪਹਿਲਾਂ ਇਹਨਾਂ ਸਾਨੂੰ ਭੁੱਲ ਜਾਣਾ, ਅਗਲੇ ਮਾਪੇ ਤੁਸੀਂ ਜੇਲ੍ਹ 'ਚ ਰੱਖਣੇ ਆ, ਅੱਛੇ ਉਹਨਾਂ ਦੀ ਖਿਦਮਤ ਕਰਨੀ ਆ। ਅੱਛੇ ਮਾਪੇ ਦੀ ਸ਼ਫੀ ਸਾਹਿਬ ਹੀ ਨਿਸ਼ਾਨੀ। ਹਾਂ ਸਾਡਾ ਵੀ ਦਿਲ ਕਰਦਾ ਵੀ ਅਸੀਂ ਹੈ ਨਾ ਮੁੰਡੇ ਨਾਲ ਗੱਲਬਾਤ ਕਰੀਏ, ਬੁਲਾਓ ਉਹਨੂੰ ਤੇ ਸ਼ਫੀ ਸਾਹਿਬ ਕਰੋ ਗੱਲਾਂ ਤੇ ਬੁਲਾਓ। ਹੈ ਸੱਜੇ ਪਾਸੇ ਦੇਖੋ ਮੇਰਾ ਬੇਟਾ ਬੈਠਾ ਹੈ, ਹੈ ਵੇਖੋ ਹਨੀ। ਡੈਡੀ ਆਪਣੇ ਨੂੰ ਸਲਾਮ ਕਰ। ਸਾਨੂੰ ਡੈਡ ਬਾਅਦ ਚੋਂ ਦਿੱਤਾ ਸ਼ਾਦੀ ਤੋਂ 3 ਸਾਲ ਬਾਅਦ ਹੋਇਆ ਹੈ। ਸ਼ਫੀ ਸਾਹਿਬ ਐਵੇਂ ਨਹੀਂ ਮੈਂ ਲਿਆ, ਮੇਰੇ ਇੱਕ ਦੋਸਤ ਨੇ ਕਿਹਾ ਸੀ ਵੀ ਤੁਸੀਂ ਪੁੱਤਰ ਲੈਣਾ ਤੇ ਜਿਹੜਾ ਸਰਗੋਧੇ ਬਾਬਾ ਬਹਿੰਦਾ ਪੀਲੀ ਪੱਗ ਵਾਲਾ ਉਹਦੇ ਕੋਲ ਚਲੇ ਜਾਓ, ਤੇ ਮੈਂ ਬੜੀਆਂ ਮੰਨਤਾਂ ਮੁਰਾਦਾਂ ਦੇ ਨਾਲ ਆਪਣਾ ਪੁੱਤਰ ਲਿਆ। ਤੇ ਮੰਨਤਾਂ ਨਾ ਕਿਉਂ, ਇਹ ਤਾਂ ਬਾਬੇ ਨੂੰ ਠੁੱਡੇ ਮਾਰ ਕੇ ਵੀ ਤੂੰ ਲੈ ਸਕਦਾ ਏਦਾਂ ਦਾ। ਸ਼ਫੀ ਸਾਹਿਬ ਬਾਬੇ ਨੂੰ ਦਬਕੇ ਮਾਰ ਕੇ ਏਦਾਂ ਦਾ ਪੁੱਤ ਲੈ ਸਕਦਾ ਹੈ? ਦੇ ਤਾਂ ਸਹੀ, ਚੱਕਰ ਲਾਇਆ ਉਸ ਬਾਬੇ ਦੇ ਕੋਲ, ਫੇਰ ਜਾ ਕੇ ਕਿਤੇ ਨਮੂਦਾਰ ਹੋਇਆ ਹੋਵੇ ਨਾ। ਆਪ ਆ ਪੁੱਤ ਦੇ ਪੈਰ ਹੈ, ਇੱਥੋਂ ਸ਼ੁਰੂ ਹੋਇਆ ਹਜੇ ਨਹੀਂ ਖਤਮ ਹੋਇਆ। ਆ ਹੋਵੇ ਇੱਥੋਂ ਆ ਤੇ ਸ਼ਫੀ ਸਾਹਿਬ ਤੁਹਾਨੂੰ ਇਸ ਤਰ੍ਹਾਂ ਲੱਗਦਾ ਮੈਂ 2 ਸਾਲ ਚਿੱਲਾ ਕੀਤਾ ਇਸ ਬੱਚੇ ਵਾਸਤੇ, ਆਪ ਮੈਂ ਦਰਿਆ 'ਚ ਖਲੋਤਾ ਰਿਹਾ? ਇਹਨੂੰ ਦਰਿਆ ਦੇ ਵਿੱਚ ਚੁੱਭੀਆਂ ਲਵਾਉਣੀਆਂ ਸੀ, ਇਹਨੂੰ ਗੋਤੇ ਲਵਾਉਣੇ ਸੀ, ਹੈ ਆ 400 ਟਰੱਕ ਇਹਦਾ ਆ। ਹਾਂਜੀ ਇਹਨੂੰ ਟਰੱਕ ਥੱਲੇ ਦੇ, ਆ ਮੂੰਹ ਟਰੱਕਾਂ ਵਾਲਾ ਹੈ ਭਲਾ, ਤੂੰ ਮੇਰੀ ਬਿਸ਼ਤੀ ਕਰਨ ਆਇਆ ਆ? ਉਹ ਮੇਰੀ ਹੀਰੇ ਦੀ ਬੱਚੀ ਹੈ ਤੇ ਮੇਰਾ ਸੋਨੇ ਵਰਗਾ ਪੁੱਤ, ਇਹ ਸੋਨੇ ਵਰਗਾ ਕਿਹੜਾ ਆ ਗਿਆ? ਓਏ ਪਰੇ ਹੋ ਜਾ ਲੋਲੀ ਪਾ, ਮੈਂ ਤੈਨੂੰ ਦੱਸ ਦਵਾਂ ਸ਼ਫੀ ਸਾਹਿਬ ਇਹਦਾ ਨਾ ਬੱਚਾ ਤੈਨੂੰ ਪੂਰੇ ਪਾਕਿਸਤਾਨ ਵਿੱਚ ਲੱਭਣਾ ਲੱਭਣਾ ਹੀ ਨਹੀਂ ਹੈਗਾ। ਇਹਦੇ ਸਾਹ ਰਹਿ ਕਿਹੜੇ ਦਾ ਜਿਹੜੇ ਤੂੰ ਵਿਆਹ ਕਰਨ ਡਿਆ? ਮੇਰੀ ਮਰਜ਼ੀ ਨੂੰ ਤਾਂ ਜਾਂਦੇ ਰੱਡੀ ਹੋ ਜਾਣਾ, ਜਾਂਦੇ ਬੇਵਾ ਹੋ ਜਾਣਾ। ਇਹ ਕਿਹੋ ਜਿਹੀਆਂ ਗੱਲਾਂ ਕਰਦੇ ਪਏ ਸ਼ਫੀ ਸਾਹਿਬ, ਲੱਖ ਬੰਦੇ 'ਚ ਖਲੋਤਾ ਹੈ ਮੇਰਾ ਪੁੱਤਰ, ਇਕੱਲਾ ਨਜ਼ਰ ਆ, ਇਕੱਲਾ ਹੀ ਨਜ਼ਰ ਆਉਣਾ ਜਾਂ ਮੈਂ ਫਿਰ ਪੀਰ ਮਹੱਲਾ ਗੰਨਾ ਆ? ਏਡਾ ਕੱਟ ਤੇ ਬੰਦੇ ਦਾ ਹੁੰਦਾ ਹੀ ਨਹੀਂ, ਇਹ ਤਾਂ 100 ਬੰਦੇ ਦੇ ਵਿੱਚ ਵੀ ਹੋਵੇ ਤਾਂ ਆਉਣ ਲੱਗਦਾ ਜੀ ਫਿਰ ਡੇ ਹੀ ਆ। ਤੁਸੀਂ ਸਾਡੀ ਇਨਸਲਟ ਤੇਰੇ ਮੁੰਡੇ ਦਾ ਵੀ ਲੱਖ ਲਾਣਾ ਤੇ ਤੇ ਵੀ ਉਹ ਹੀਰੇ ਦੀ ਮੇਰੀ ਬੱਚੀ ਆ, ਹੈ ਨਾ ਨਾ ਰੋ ਨਾ ਤੂੰ ਰੋ ਨਾ, ਇਹਨ ਮੈਂ ਜੁੱਤੀਆਂ ਮਾਰ ਕੇ ਕੱਢੂਗਾ। ਲੈ ਮੁੰਡਾ ਕੁੜੀ ਦਾ ਦਾਦਾ ਬੂ ਲਗੰਡਿਆ ਆ, ਉਹ ਨਹੀਂ ਵੈਸੇ ਖਮੋਸ਼ ਬੈਠਾ, ਉਹਦੇ ਨੈਣ ਨਕਸ਼ ਦਾ ਘੜੀਸੇ ਆ, ਉਹਨੇ ਘੜੀਸੇ ਆ, ਹਲਕੀ ਜੀ ਧੁੱਪ ਵਿੱਚ ਬਾਹਰ ਆ ਜਾਣਗੇ। ਓਏ ਸਦਾਕ ਬੈ,
ਕੈਮਰੇ ਵਾਲਾ ਮੁਕਾਇਆ ਕੋਈ ਕੁੜੀਆਂ ਜਿਹੜਾ ਗੋਸ਼ਟ ਪਕਾਇਆ ਨਾ ਉਹ ਕੁੱਤਿਆਂ ਨੂੰ ਪਾ ਬਾ ਅੱਬਾ ਜੀ ਉਹ ਲੱਸੀ ਜਿਹੜੀ ਆ ਮੈਨੂੰ ਦੇ ਮੈਂ ਸਿਰ ਧੋਵਾਂ ਲੈ ਇਹਨੂੰ ਦੇ 400 ਟਰੈਕ ਦਾ ਹੋਰ ਕੀ ਹੈ ਉਹ ਬੱਚੀ ਤੇ ਬਹੁਤ ਖੁਸ਼ ਹੈ ਔਰ ਦੇਖੋ ਕਿੱਦਾਂ ਨਹੀਂ ਅੱਬਾ ਜੀ ਬੰਦ 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 ਪੁੱਤਰ ਹੋਣਾ ਨਹੀਂ ਹੈਗਾ ਹਾਂ ਬੱਚੀ ਕਹਿ ਰਹੀ ਨਹੀਂ ਅੱਬਾ ਜੀ ਇਹਦੇ ਨਾਲ ਹੀ ਜਾਣਾ ਗੱਲ ਸਮਝੀ ਦੀ ਹੈ ਬੱਚੀ ਦੀ ਉਹ ਦੇਖੋ ਤਾਂ ਸਹੀ